ਅਧਿਆਪਕ ਦਿਵਸ ਮੌਕੇ ਕੱਲ ਸਾਇੰਸ ਸਿਟੀ ਕਪੂਰਥਲਾ ਵਿੱਚ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਸਾਇੰਸ ਦਾ ਵਿਸ਼ਾ ਅੱਜ ਬਹੁਤ ਵਿਸ਼ਾਲ ਅਤੇ ਪਿੰਨਤਾ ਭਰਿਆ ਆਇਆ ਹੈ ਅਤੇ ਸਾਇੰਸ ਨੇ ਸਾਡੇ ਸਾਰਿਆਂ ਦੇ ਜੀਵਨ ਜੀਵਨ ਸ਼ੈਲੀ ਆਰਥਿਕਤਾ ਅਤੇ ਆਲੇ-ਦੁਆਲੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਾਇੰਸ ਟੈਕਨੋਲੋਜੀ ਅਤੇ ਨਵਾਂਚਾਰ ਵਿੱਚ ਬੈਰੀਅਰ ਖਤਮ ਹੋ ਗਏ ਨੇ। ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਉੱਚ ਸਾਖਰਤਾ ਦਰ ਵਾਲੇ ਵਿਕਸਿਤ ਮੁਲਕਾਂ ਵਿੱਚ ਵੀ ਵਿਗਿਆਨਿਕ ਸਾਖਰਤਾ ਬਹੁਤ ਘੱਟ ਵੇਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇ ਅਸੀਂ ਭਾਰੀ ਖੁਰਾਕ, ਟੀਕਾਕਰਨ ਵਿਰੋਧੀ ਅੰਦੋਲਨਾਂ ਅਤੇ ਡਿਜੀਟਲ ਮੀਡੀਆ ਤੇ ਬਿਨਾਂ ਤਸਦੀਕ ਕੀਤੀ ਜਾਣਕਾਰੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਵਰਗੀਆਂ ਲਾਮਤਾਂ ਨੂੰ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਸਾਇੰਸ ਬਾਰੇ ਆਪਣੀ ਸਮਝ ਹੋਰ ਵਧਾਉਣੀ ਚਾਹੀਦੀ ਹੈ। ਕੱਲ ਦੇ ਇਸ ਵੈਬਿਨਾਰ ਵਿੱਚ ਹਿੱਸਾ ਲੈਂਦੇ ਆ ਪੰਜਾਬ ਸਰਕਾਰ ਦੇ ਸਾਇੰਸ ਤੇ ਟੈਕਨੋਲੋਜੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਆ ਲੋਕ ਸ਼ੇਖਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਇਸ ਦੌਰ ਵਿੱਚ ਪਤਾ ਲੱਗਦਾ ਹੈ ਕਿ ਸਾਇੰਸ ਸੰਚਾਰ ਦੀ ਕੀ ਮਹੱਤਤਾ ਹੈ ਉਹਨਾਂ ਕਿਹਾ ਕਿ ਨੀਤੀਕਾਰਾਂ ਖੋਜਕਾਰਾਂ ਸੰਚਾਰ ਦੇ ਕੰਮ ਵਿੱਚ ਲੱਗੇ ਪੇਸ਼ੇਵਰਾਂ ਅਤੇ ਪ੍ਰਭਾਵਿਤ ਨਾਗਰਿਕਾਂ ਨੂੰ ਹੁਣ ਇਹ ਸਮਝ ਆਈਏ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾਂਦੇ ਉਪਾਅ ਸਮਾਜ ਵੱਲੋਂ ਤਾਂ ਹੀ ਸਤਕਾਰੇ ਜਾਣਗੇ ਜੇ ਵੱਖ-ਵੱਖ ਸਰਕਾਰੀਆਂ ਵਿਚਾਲੇ ਸੂਚਨਾਵਾਂ ਦਾ ਸੰਚਾਰ ਚਾਰ ਪ੍ਰਭਾਵਸ਼ਾਲੀ ਹੋਵੇਗਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਡਾਇਰੈਕਟਰ ਡਾਕਟਰ ਨੀਲੀਮਾ ਜੀ ਰਥ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ 50 ਵਰਿਆਂ ਵਿੱਚ ਭਾਰਤ ਨੇ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਚੰਗੀ ਤਰੱਕੀ ਕੀਤੀ ਏ ਪਰ ਫਿਰ ਵੀ ਸਾਇੰਸ ਅਤੇ ਸਮਾਜ ਵਿਚਾਲੇ ਪਾੜਾ ਅਜੇ ਵੀ ਦੇਖਣ ਨੂੰ ਮਿਲਦਾ ਏ ਉਹਨਾਂ ਨੇ ਕਿਹਾ ਕਿ ਇਸ ਪਾੜੇ ਨੂੰ ਪੂਰ ਕਰਨਾ ਇੱਕ ਵੱਡੀ ਚੁਣੌਤੀ ਏ ਪਰ ਇਹ ਸਾਬਤ ਹੋ ਚੁੱਕਾ ਏ ਕਿ ਇਸ ਦਾ ਸਭ ਤੋਂ ਵਧੀਆ ਤਰੀਕਾ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਪਰਕ ਬਣਾਉਣਾ ਏ ਤਾਂ ਜੋ ਭਵਿੱਖ ਨੂੰ ਬਿਹਤਰ ਕੀਤਾ ਜਾ ਸਕੇ